ਪੰਜਾਬ ਤੱਕ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ। ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਅੰਦਰ ਚੀਤੇ ਨੇ ਕਾਫੀ ਦਹਿਸ਼ਤ ਦਾ ਮਾਹੌਲ ਖੜਾ ਕੀਤਾ ਹੋਇਆ ਤੇ ਇਸ ਵਕਤ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਚੀਤਾ ਪਟਿਆਲਾ ਦੇ ਆਲੇ ਦੁਆਲੇ ਦੇਖਿਆ ਗਿਆ ਸੀ ਤੇ ਇਸ ਤੋਂ ਬਾਅਦ ਇੱਕ ਨਵੀਂ ਸੂਚਨਾ ਸਾਹਮਣੇ ਆਈ ਸੀ ਕਿ ਫਤਿਹਗੜ੍ਹ ਸਾਹਿਬ ਦੇ ਪਿੰਡ ਚਰਨਾਥਲ ਕਲਾਂ ਦੇ ਇੱਕ ਪਿਗ ਫਾਰਮ ਦੇ ਨੇੜੇ ਚੀਤੇ ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ ਸੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਪ੍ਰਸ਼ਾਸਨ ਤੋਂ ਮਦਦ ਮੰਗੀ ਗਈ ਸੀ। ਇਸ ਨੂੰ ਵੇਖਦਿਆਂ ਹੋਇਆ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਨੇ ਇੱਕ ਚਿੱਠੀ ਜਾਰੀ ਕਰਕੇ ਆਲੇ ਦੁਆਲੇ ਦੀਆਂ ਤਹਿਸੀਲਾਂ ਨੂੰ ਅਲਰਟ ਤੇ ਕੀਤਾ ਸੀ ਤੇ ਬੁਨਿਆਦੀ ਕਰਵਾਉਣ ਲਈ ਕਿਹਾ ਗਿਆ ਸੀ। ਇੱਕ ਨੰਬਰ ਵੀ ਜਾਰੀ ਕੀਤਾ ਗਿਆ ਸੀ ਜਿੱਥੇ ਇਹ ਕਿਹਾ ਗਿਆ ਸੀ ਕਿ ਜੇ ਕੋਈ ਉੱਥੇ ਦਾ ਨਿਵਾਸੀ ਚੀਤੇ ਨੂੰ ਦੇਖਦਾ ਤਾਂ ਉਸ ਨੰਬਰ 'ਤੇ ਸੰਪਰਕ ਕਰੇ। ਹਾਲਾਂਕਿ 3 ਦਿਨ ਬੀਤ ਜਾਣ ਦੇ ਬਾਅਦ ਵੀ ਉਸ ਨੰਬਰ 'ਤੇ ਕਿਸੇ ਨੇ ਸੰਪਰਕ ਨਹੀਂ ਕੀਤਾ ਅਤੇ ਨਾ ਹੀ ਕਿਤੇ ਚੀਤਾ ਦੇਖਣ ਨੂੰ ਮਿਲਿਆ। ਫਿਰ ਵੀ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਹੈ। ਚਰਨਾਥਲ ਕਲਾਂ ਦੇ ਪਿੰਡ ਦੇ ਨਿਵਾਸੀ ਅਤੇ ਆਲੇ ਦੁਆਲੇ ਦੇ ਪਿੰਡ ਦਾ ਲੋਕ ਜਿਹੜੇ ਹੈ ਉਹ ਅਲਰਟ 'ਤੇ ਨੇ ਅਤੇ ਆਪਣੀ ਸੁਰੱਖਿਆ ਦੇ ਵਾਸਤੇ ਹਰ ਇੱਕੋ ਇੰਤਜ਼ਾਮ ਕਰ ਰਹੇ ਨੇ ਜਿਹੜੇ ਉਹਨਾਂ ਨੂੰ ਵੱਲੋਂ ਕੀਤੇ ਜਾਣੇ ਚਾਹੀਦੇ ਨੇ। ਪ੍ਰਸ਼ਾਸਨ ਨੇ ਇੱਕ ਹੋਰ ਅਪੀਲ ਕੀਤੀ ਹੈ ਕਿ ਅਫਵਾਹਾਂ ਤੋਂ ਬਚਿਆ ਜਾਵੇ। ਜੇਕਰ ਕਿਸੇ ਨੇ ਚੀਤਾ ਦੇਖਿਆ ਤਾਂ ਉਹ ਨੰਬਰ 'ਤੇ ਦਿੱਤੇ ਹੋਏ ਨੰਬਰ 'ਤੇ ਸੰਪਰਕ ਕਰ ਸਕਦਾ। ਔਰ ਹਾਂ, ਇਹ ਗੱਲ ਜ਼ਰੂਰ ਕਹੀ ਹੈ ਵੀ ਜੇ ਕਿਸੇ ਨੇ ਚੀਤਾ ਨਹੀਂ ਦੇਖਿਆ ਜਾਂ ਕਿਤੇ ਨਹੀਂ ਦਿਖਾਈ ਦਿੱਤਾ ਤਾਂ ਉਸਦੀਆਂ ਅਫਵਾਹਾਂ ਤੋਂ ਵੀ ਬਚਿਆ ਜਾਵੇ, ਕਿਉਂਕਿ ਅਫਵਾਹਾਂ ਦਾ ਬਾਜ਼ਾਰ ਇਸ ਦੌਰਾਨ ਕਾਫੀ ਗਰਮ ਹੈ। ਪਟਿਆਲਾ 'ਚ ਵੀ ਦੇਖਣ ਨੂੰ ਮਿਲਿਆ ਸੀ, ਕਾਫੀ ਲੋਕਾਂ ਨੇ ਅਫਵਾਹਾਂ ਫੈਲਾਈਆਂ ਸੀ ਇਸ ਇਲਾਕੇ 'ਚ ਆ ਗਿਆ, ਇਸ ਇਲਾਕੇ 'ਚ ਆ ਗਿਆ, ਪਰ ਉੱਥੇ ਚੀਤਾ ਨਹੀਂ ਪਾਇਆ ਗਿਆ। ਹਾਂ, ਇਹ ਨਹੀਂ ਹੈ ਕਿ ਪ੍ਰਸ਼ਾਸਨ ਅਲਰਟ 'ਤੇ ਨਹੀਂ ਹੈ, ਪ੍ਰਸ਼ਾਸਨ ਅਲਰਟ 'ਤੇ ਹੈ, ਚੀਤੇ ਦੇ ਲਗਾਤਾਰ ਪਿੱਛਾ ਕਰ ਰਿਹਾ। ਜੰਗਲਾਤ ਵਿਭਾਗ ਹੈ ਜਿਹੜਾ ਉਹ ਲਗਾਤਾਰ ਪਿੱਛਾ ਕਰ ਰਿਹਾ ਤਾਂ ਕਿ ਚੀਤੇ ਨੂੰ ਕਾਬੂ ਕੀਤਾ ਜਾਵੇ ਅਤੇ ਆਮ ਲੋਕਾਂ ਨੂੰ ਰਾਹਤ ਦਵਾਈ ਜਾਵੇ। ਅਤੇ ਆਮ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਜਿਹੜੀ ਅਪੀਲ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਉਸ 'ਤੇ ਵੀ ਜਨਤਾ ਨੂੰ ਅਮਲ ਕਰਨਾ ਚਾਹੀਦਾ ਹੈ। ਗੁਰਦੀਪ ਸਿੰਘ, ਪੰਜਾਬ ਤੱਕ।